ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਮੈਂ ਇੰਦਰਜੀਤ ਸਿੰਘ, ਤੁਸੀਂ ਦੇਖ ਰਹੇ ਹੋ ਟੂਰਿਸਟ ਇੰਡੀਆ ਇੰਸਟਾਗ੍ਰਾਮ, ਫੇਸਬੁੱਕ ਅਤੇ ਯੂਟਿਊਬ ਚੈਨਲ। ਆਪਣੀ ਇਹ ਵੀਡੀਓ ਹੁੰਦੀ ਹੈ ਕਿਆ ਹੋਏ ਨੇ, ਯਾਨੀ ਕਿ ਕੁਐਸਚਨ ਅਤੇ ਆਨਸਰ। ਤੁਸੀਂ ਕਮੈਂਟ ਦੇ ਰੂਪ ਦੇ ਵਿੱਚ ਮੈਨੂੰ ਸਵਾਲ ਕਰਦੇ ਹੋ ਅਤੇ ਮੈਂ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਇਸ ਵੀਡੀਓ 'ਚ ਦਿੰਦਾ ਹੁੰਦਾ। ਇਹ ਵੀਡੀਓ ਹਰ ਰੋਜ਼ ਰਾਤ ਨੂੰ ਯੂਟਿਊਬ ਤੋਂ ਅਤੇ ਅਗਲੇ ਦਿਨ ਫੇਸਬੁੱਕ ਅਤੇ ਇੰਸਟਾਗ੍ਰਾਮ ਤੋਂ ਰਿਲੀਜ਼ ਹੁੰਦੀ ਹੈ। ਆਓ ਸ਼ੁਰੂ ਕਰਦੇ ਹਾਂ ਅੱਜ ਦਾ ਕਿਆ ਹੋਏ ਨੇ। ਸੋਸ਼ਲ ਸ਼ਾਰਟ ਲਿਖਦੇ ਨੇ, ਸਰ ਮੈਂ ਉਦਯਮ ਸਰਟੀਫਿਕੇਟ ਬਣਾਇਆ ਹੈ ਆਪਣੇ ਬਿਜ਼ਨਸ ਦਾ, ਚੱਲ ਜਾਊਗਾ ਵਿਜ਼ਟਰ ਵੀਜ਼ਾ ਲਈ? ਬਿਲਕੁਲ ਚੱਲਦਾ ਜੀ। ਦੇਖੋ, ਤੁਸੀਂ ਆਪਦਾ ਬਿਜ਼ਨਸ ਰਜਿਸਟਰ ਦਿਖਾਉਣਾ ਹੁੰਦਾ, ਇਹਦੇ ਕਈ ਤਰ੍ਹਾਂ ਦੇ ਮੈਥਡ ਹੁੰਦੇ ਨੇ। ਆ ਤੁਹਾਡੇ ਕੋਲ GST ਨੰਬਰ ਹੋਵੇ, ਜੇ GST ਨਹੀਂ ਹੈਗਾ ਤਾਂ ਤੁਸੀਂ ਆਧਾਰ ਉੱਦਮ ਦਾ ਬਣਾ ਸਕਦੇ ਹੋ, ਜਾਂ ਤੁਸੀਂ ਫਾਰਮ ਐਪ ਜਿਹੜਾ ਮਿਊਨਸੀਪੈਲਿਟੀ ਤੋਂ ਬਣਦਾ ਹੈਗਾ ਉਹ ਕਰ ਸਕਦੇ ਹੋ। ਸੋ ਆਧਾਰ ਉੱਦਮ ਦਾ ਤੁਸੀਂ ਬਣਾਇਆ ਹੈਗਾ, ਇਹ ਚੱਲ ਜਾਂਦਾ ਹੈਗਾ ਔਰ ਵੈਲਿਡ ਹੈਗਾ ਇਹ। ਅਗਲਾ ਕਮੈਂਟ ਹੈ ਜੀ, ਦਵਿੰਦਰ ਸਿੰਘ ਦਾ ਲਿਖਦੇ ਨੇ, ਸਰ ਏਜੰਟ ਕਹਿ ਰਿਹਾ ਕਿ 15 ਦਿਨਾਂ 'ਚ ਕੈਨੇਡਾ ਦਾ ਵਿਜ਼ਟਰ ਵੀਜ਼ਾ ਲਗਵਾ ਦੇਵਾਂਗਾ, ਐਵੇਂ ਹੋ ਸਕਦਾ? ਦੇਖੋ, ਜਿਹੜਾ ਵੀਜ਼ਾ ਹੁੰਦਾ ਜੀ, ਕਿਸੇ ਏਜੰਟ ਦੇ ਹੱਥ 'ਚ ਨਹੀਂ ਹੁੰਦਾ। ਜੇ ਅਸੀਂ ਕਹਿ ਦਈਏ ਕਿ ਅਸੀਂ ਤੁਹਾਡਾ 10 ਦਿਨ 'ਚ ਕਰਾ ਦਾਂਗੇ ਜਾਂ 15 ਦਿਨ, ਇਹ ਪੋਸੀਬਲ ਨਹੀਂ ਹੈਗਾ। ਡਿਪੈਂਡ ਕਰਦਾ ਅੰਬੈਸੀ 'ਤੇ, ਅੰਬੈਸੀ ਤੁਹਾਡਾ ਪ੍ਰੋਸੈਸ ਕਿੰਨੇ ਦਿਨਾਂ 'ਚ ਕਰਦੀ ਹੈ। ਅੰਬੈਸੀ ਹੋ ਸਕਦਾ ਤੁਹਾਨੂੰ 10 ਦਿਨਾਂ ਦੇ ਵਿੱਚ ਵੀਜ਼ਾ ਦੇ ਦੇਵੇ, ਜਾਂ ਅੰਬੈਸੀ ਹੋ ਸਕਦਾ 1 ਮਹੀਨਾ ਵੀ ਲਾ ਦੇਵੇ। ਸੋ ਡਿਪੈਂਡ ਕਰਦਾ ਅੰਬੈਸੀ 'ਤੇ। ਸੋ ਅੰਬੈਸੀ ਜੋ ਪ੍ਰੋਸੈਸਿੰਗ ਟਾਈਮ ਹੈ, ਉਹਨੇ ਉਹ ਟਾਈਮ ਜਿਹੜਾ ਹੈਗਾ ਉਹ ਲੈਣਾ ਹੀ ਲੈਣਾ ਹੁੰਦਾ ਹੈ। ਅਗਲਾ ਕਮੈਂਟ ਹੈ ਜੀ ਲਾਡੀ ਦਾ, ਲਿਖਦੇ ਨੇ, ਸਰ ਮੇਰੀ 10th 12th ITI ਇਲੈਕਟ੍ਰੀਕਲ ਕੀਤੀ ਹੋਈ ਹੈ, 1 ਈਅਰ ਦਾ ਐਕਸਪੀਰੀਅੰਸ ਹੈ ਮਰੂਤੀ ਸੁਜ਼ੂਕੀ ਦਾ। ਸਰ ਮੇਰਾ ਕੈਨੇਡਾ ਦਾ ਵੀਜ਼ਾ ਲੱਗ ਸਕਦਾ ਹੈ, ਟੂਰਿਸਟ ਵੀਜ਼ਾ, ਵਰਕ ਪਰਮਿਟ, ਕੋਈ ਵੀ ਵੀਜ਼ਾ? ਮੇਰੀ ਏਜ 25 ਈਅਰ ਹੈ, 1 ਈਅਰ ਦਾ ਐਕਸਪੀਰੀਅੰਸ, ਦੀ ਜੋਬ ਦੀ ਸੈਲਰੀ ਸਲਿੱਪ ਵੀ ਪਈਆਂ ਨੇ, ਐਂਡ ਹੁਣ ਤਾਂ ਚੰਡੀਗੜ੍ਹ ਰੱਖੀ ਹੈ, 5 ਈਅਰ ਹੋ ਗਏ। ਸਰ ਪਲੀਜ਼ ਰਿਪਲਾਈ। ਦੇਖੋ, ਜਿਹੜਾ ਵੀਜ਼ਾ ਹੈ ਨਾ ਦੋਸਤੋ, ਉਹ ਤੁਹਾਡੀ ਪ੍ਰੋਫਾਈਲ 'ਤੇ ਡਿਪੈਂਡ ਕਰਦਾ। ਜੇ ਤੁਸੀਂ ਜੋਬ ਕਰਦੇ ਹੈਗੇ ਹੋ ਤਾਂ ਤੁਹਾਡੀ ਮੈਟਰ ਕਰਦਾ ਕਿ ਤੁਹਾਡੀ ਸੈਲਰੀ ਕਿੰਨੀ ਹੈਗੀ ਹੈ ਨਾ, ਸੈਲਰੀ 'ਤੇ ਡਿਪੈਂਡ ਕਰਦਾ ਹੈਗਾ। ਸੋ ਜੇ ਤੁਹਾਡੀ ਸੈਲਰੀ ਅੱਛੀ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ, ਔਰ ਤੁਸੀਂ ਪ੍ਰੈਜੈਂਟਲੀ ਜੋਬ ਦੇ ਵਿੱਚ ਹੋਣੇ ਚਾਹੀਦੇ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜੀ ਮੇਰੇ ਕੋਲ 1 ਸਾਲ ਦਾ ਐਕਸਪੀਰੀਅੰਸ ਹੈ, ਉਹ ਵਾਲਾ ਐਕਸਪੀਰੀਅੰਸ ਨਹੀਂ ਚੱਲਦਾ ਹੁੰਦਾ। ਹਾਂ, ਜੇ ਤੁਸੀਂ ਵਰਕ ਪਰਮਿਟ 'ਤੇ ਜਾ ਰਹੇ ਹੋ ਤਾਂ ਵਰਕ ਪਰਮਿਟ ਦੀਆਂ ਸ਼ਰਤਾਂ ਵੱਖਰੀਆਂ ਨੇ। ਵਰਕ ਪਰਮਿਟ ਵਾਸਤੇ ਕੀ ਹੈ, ਤੁਹਾਡੀ ਕੁਆਲੀਫਿਕੇਸ਼ਨ, ਤੁਹਾਡਾ ਐਕਸਪੀਰੀਅੰਸ ਅਤੇ ਜਰਨਲ ਦੇ ਵਿੱਚ ਆਈਲੈਟਸ, ਇਹ ਜ਼ਰੂਰੀ ਹੁੰਦੇ ਨੇ। ਸੋ ਜੇ ਇਹ 2 ਚੀਜ਼ਾਂ ਨੇ ਤਾਂ ਤੁਸੀਂ ਆਪਣਾ ਜਿਹੜਾ ਵੀਜ਼ਾ ਵਰਕ ਪਰਮਿਟ 'ਤੇ ਕਰ ਸਕਦੇ ਹੋ, ਪਰ ਵਰਕ ਪਰਮਿਟ 'ਤੇ ਜਾਣ ਵਾਸਤੇ ਤੁਹਾਨੂੰ ਇੰਪਲਾਇਰ ਚਾਹੀਦਾ ਉੱਥੋਂ ਜਿਹੜਾ ਤੁਹਾਨੂੰ ਜੋਬ ਆਫਰ ਕਰਦਾ ਹੋਵੇ। ਅਤੇ ਟੂਰਿਸਟ ਵੀਜ਼ਾ ਵਾਸਤੇ ਤੁਹਾਡੀ ਪ੍ਰੋਫਾਈਲ ਅੱਛੀ ਹੋਣੀ ਚਾਹੀਦੀ, ਜੇ ਪ੍ਰੋਫਾਈਲ ਅੱਛੀ ਹੈ ਤਾਂ ਵੀਜ਼ਾ ਲੱਗ ਜਾਂਦਾ ਜੀ। ਸਰਬਜੀਤ ਸਿੰਘ ਲਿਖਦੇ ਨੇ, ਇੰਦਰਜੀਤ ਸਿੰਘ ਜੀ, ਮੇਰਾ ਕੁਐਸਚਨ ਹੈਗਾ ਜੀ ਕਿ ਟੂਰਿਸਟ ਵੀਜ਼ਾ ਨੂੰ ਵਰਕ ਪਰਮਿਟ ਵਿੱਚ ਕਰਨ ਲਈ ਆਈਲੈਟਸ ਜ਼ਰੂਰੀ ਹੈ? ਦੇਖੋ, ਸਮ ਕੈਟਾਗਰੀ ਦੇ ਵਿੱਚ ਲੋੜ ਪੈਂਦੀ ਹੈਗੀ ਹੈ, ਪਰ ਜਦੋਂ ਆਪਾਂ ਕਨਵਰਟ ਕਰਦੇ ਹੈਗੇ ਉਦੋਂ ਲੋੜ ਨਹੀਂ ਪੈਂਦੀ, ਜਦੋਂ PR ਦੇ ਟਾਈਮ ਆਈਲੈਟਸ ਦੀ ਜ਼ਰੂਰਤ ਪੈਂਦੀ ਹੈਗੀ ਹੈ। ਜਦੋਂ ਆਪਾਂ ਇਨ ਕੈਨੇਡਾ ਹੈਗੇ ਹੈ ਨਾ, ਇਨ ਕੈਨੇਡਾ ਤੁਸੀਂ ਆਪਦਾ ਵੀਜ਼ਾ ਕਨਵਰਟ ਕਰਦੇ ਹੋ, ਉਸ ਟਾਈਮ ਤੁਹਾਨੂੰ ਆਈਲੈਟਸ ਦੀ ਲੋੜ ਨਹੀਂ ਪੈਂਦੀ, ਪਰ PR ਦੇ ਟਾਈਮ ਜਿਹੜੀ ਹੈਗੀ ਹੈ ਜ਼ਰੂਰਤ ਜਿਹੜੀ ਹੈਗੀ ਹੈ ਉਹ ਹੁੰਦੀ ਹੈ। ਜਸਵੀਰ ਕੌਰ ਲਿਖਦੇ ਨੇ, ਸਰ ਮੇਰਾ ਵੀਜ਼ਾ ਲੱਗ ਗਿਆ ਹੈ, ਬੇਟੇ ਦਾ ਨਹੀਂ ਲੱਗਾ। ਬਹੁਤ ਟਾਈਮ ਹੁੰਦਾ ਹੈ ਜੀ ਕਿ ਤੁਸੀਂ ਜਦੋਂ ਇਕੱਠਾ ਵੀਜ਼ਾ ਅਪਲਾਈ ਕਰਦੇ ਹੋ ਆਪਣੇ ਬੱਚਿਆਂ ਦੇ ਨਾਲ, ਤਾਂ ਤੁਹਾਡਾ ਵੀਜ਼ਾ ਲੱਗ ਜਾਂਦਾ, ਬੱਚਿਆਂ ਦਾ ਵੀਜ਼ਾ ਨਹੀਂ ਲੱਗਦਾ। ਤੁਹਾਡੇ ਇਕੱਲਿਆਂ ਨਾਲ ਇਹ ਚੀਜ਼ ਨਹੀਂ ਹੁੰਦੀ, ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨਾਲ ਇਹ ਚੀਜ਼ਾਂ ਹੁੰਦੀਆਂ ਨੇ। ਸੋ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ, ਜੇ ਤੁਹਾਡਾ ਵੀਜ਼ਾ ਨਹੀਂ ਵੀ ਲੱਗਿਆ ਤਦ ਵੀ ਤੁਹਾਡਾ ਵੀਜ਼ਾ ਲੈਣ ਦੇ ਵਿੱਚ ਅਸੀਂ ਤੁਹਾਡੀ ਹੈਲਪ ਕਰਾਂਗੇ ਜੀ। ਅਗਲਾ ਕਮੈਂਟ ਹੈ ਜੀ ਫਿਰ ਜਸਵੀਰ ਕੌਰ ਦਾ, ਲਿਖਦੇ ਨੇ, ਮਦਰ ਐਂਡ ਮੇਰਾ ਬੇਟਾ 19 ਸਾਲ ਦਾ ਹੈਗਾ, ਵੀਜ਼ਾ ਨਹੀਂ ਲੱਗਾ। ਮਦਰ ਦਾ ਵੀਜ਼ਾ ਲੱਗ ਗਿਆ, ਬੇਟੇ ਦਾ ਨਹੀਂ ਲੱਗਦਾ। ਦੇਖੋ, ਸਮ ਟਾਈਮ ਜਿਹੜੇ ਕੰਸਲਟੈਂਟ ਨੂੰ ਮਿਸਗਾਈਡ ਕਰ ਦਿੰਦੇ ਨੇ, ਜੇਕਰ ਤੁਹਾਡੇ ਬੱਚੇ ਦੀ ਉਮਰ 14 ਸਾਲ ਤੋਂ ਉੱਪਰ ਹੈਗੀ ਹੈ ਤਾਂ ਤੁਹਾਡੇ ਨਾਲ ਬੱਚੇ ਦਾ ਵੀਜ਼ਾ ਲੱਗਣ ਦੇ ਵਿੱਚ ਹਮੇਸ਼ਾ ਹੀ ਦਿੱਕਤ ਆਉਂਦੀ ਹੈ। ਹਾਂ, ਜੇ ਬੱਚਾ ਪਹਿਲਾਂ ਕਿਤੇ ਟਰੈਵਲ ਹੈਗਾ, ਕਿਸੇ ਵਧੀਆ ਕੰਟਰੀ ਟਰੈਵਲ ਹੈਗਾ, ਫਿਰ ਵੀਜ਼ਾ ਲੱਗ ਵੀ ਜਾਂਦਾ ਹੈ, ਜਾਂ ਤੁਹਾਡੀ ਪ੍ਰੋਫਾਈਲ ਬਹੁਤ ਵਧੀਆ ਫਿਰ ਲੱਗ ਜਾਂਦਾ, ਜਾਂ ਕੋਈ ਉਹਦਾ ਭੈਣ ਭਾਈ ਉੱਥੇ PR ਹੈ ਫਿਰ ਲੱਗ ਜਾਂਦਾ। ਕਈ ਵਾਰੀ ਕੀ ਹੁੰਦਾ ਕਿ ਬੱਚਾ ਤੁਹਾਡਾ ਸਟੱਡੀ 'ਤੇ ਪੜ੍ਹਦਾ ਹੁੰਦਾ ਹੈ ਅਤੇ ਤੁਸੀਂ ਆਪਦੇ ਨਾਲ ਆਪਣੇ ਬੱਚੇ ਦਾ ਵੀਜ਼ਾ ਅਪਲਾਈ ਕਰ ਦਿੰਦੇ ਹੋ, ਉੱਥੋਂ ਫਿਰ ਤੁਹਾਡਾ ਵੀਜ਼ਾ ਹੈਗਾ ਜੀ ਉਹ ਰਿਜੈਕਟ ਹੋ ਜਾਂਦਾ ਹੈਗਾ। ਸੋ ਕਦੇ ਬੱਚੇ ਦਾ ਵੀਜ਼ਾ ਅਪਲਾਈ ਨਾਲ ਨਹੀਂ ਕਰਨਾ ਚਾਹੀਦਾ। ਹੈਪੀ ਸਿੰਘ ਲਿਖਦੇ ਨੇ, 1 ਦਸੰਬਰ ਨੂੰ ਬਾਇਓਮੈਟ੍ਰਿਕ ਸੀਗਾ ਭਾਅ ਜੀ ਬ੍ਰਦਰ ਦਾ, ਹੋਇਆ ਨੂੰ ਹਜੇ ਤੱਕ ਕੋਈ ਰਿਜ਼ਲਟ ਨਹੀਂ ਆਇਆ। ਮੈਂ ਪਹਿਲਾਂ ਹੀ ਦੱਸ ਚੁੱਕਿਆ ਜੀ ਕਿ ਜਿਹੜੇ ਰਿਜ਼ਲਟ ਨੇ ਉਹ ਅੱਗੇ ਪਿੱਛੇ ਆ ਰਹੇ ਨੇ, ਸੋ ਤੁਸੀਂ ਵੇਟ ਕਰੋ ਜੀ। ਮੇਨ ਵਿਕਾਸ ਲਿਖਦੇ ਨੇ, ਸਰ ਮੈਂ ਸਾਊਦੀ ਮੇਂ ਰਹਿਤਾ ਹੂੰ, ਆਪਸੇ ਕਿਆ ਕੰਟੈਕਟ ਕਰੇਂ ਪਲੀਜ਼, ਕੰਟੈਕਟ ਨੰਬਰ ਹਮਾਰਾ ਵੀਡੀਓ ਪੇ ਮੈਂਸ਼ਨ ਰਹਿਤਾ ਜੀ, ਮੈਂ ਆਪਕੋ ਬੋਲ ਵੀ ਦੇਤਾ ਹੂੰ, ਇੰਡੀਆ ਕਾ ਨੰਬਰ ਹੈ ਹਮਾਰਾ, ਡਾਇਲ ਕਰਨੇ ਸੇ ਪਹਿਲੇ 91 ਜ਼ਰੂਰ ਲਗਾਈਏ, 91 ਲਗਾ ਕੇ 7022970229 ਪੇ ਆਪ ਹਮੇਂ ਜੋ ਹੈ ਉਹ ਕਾਲ ਕਰ ਸਕਦੇ ਹੈ। ਅਗਲਾ ਕਮੈਂਟ ਹੈ ਜੀ ਹਰਭਜਨ ਸਿੰਘ ਦਾ, ਲਿਖਦੇ ਨੇ, ਸਰ ਮਾਈ ਏਜ 28 ਈਅਰ, ਸਿੰਗਲ,
सैलरी 51,500 इन अकाउंट, 3 लास्ट ITR 6.4 एंड 12 लाख, FD इन अकाउंट लास्ट 2 ईयर, ओल्ड ओके, फादर इज 65 रिटायर, 10 लाख FD, 2 ईयर ओल्ड, 4.5 लाख, मदर इज 59 और FD 15 लाख, ITR 4.6 लाख, कैन आई अप्लाई फॉर टूरिस्ट विजा विद पेरेंट्स और विदाउट पेरेंट्स, आल्सो हैव क्रेडिट कार्ड अप्रोक्स 8 लाख। हरभजन जी तुम कर सकते हैं, हो तुम सिंगल भी अपलाई कर सकते हो, तुम्हारी प्रोफाइल बहुत अच्छी है, तो मदर फादर नाल भी कर सकते हो, दोनों तरीके तुम्हें वीज़ा जोड़ा है वो मिलने के पूरे पूरे आसार ने, क्योंकि थोड़ी प्रोफाइल बहुत अच्छी है, तो वीज़ा हमेशा ही थोड़ी प्रोफाइल से डिपेंड करता है, तो थोड़ी प्रोफाइल टच वुड बहुत अच्छी हैगी है। अगला कमेंट है जी इमरान काविशी का, लिखते हैं सर मेरी फाइल दिसंबर 2021 में लगी थी, अभी रिव्यूइंग एलिजिबिलिटी स्टार्ट हुई है, रिजल्ट कब तक आ सकता है? रिव्यू जो स्टार्ट हो जाता है जी, तो तुम मान के चलो 1 महीने तो 2 महीने के बीच वीज़ा जोड़ा है वो आ जाता है, सो तुम वेट कर लो, ज़्यादा बैटर है। इरमान काविशी फिर दोबारा तो कमेंट करते हैं, मेल पर तो नहीं बट GC की पर 5 मंथ से लिखा आ रहा है, वी आर प्रोसैसिंग योर एप्लीकेशन। ओके ठीक है जी, वेट कर लो तुम। अगला कमेंट है जी वीरेन चौधरी का, लिखते हैं सर मैं USA का मेडिकल वीजे की फाइल लाई हुई है 2 अक्टूबर 2020 की, बट हाले तक अपॉइंटमेंट नहीं मिली, कि मैं कनेडा का वीज़ा अप्लाई कर सकते हैं जी? M1 कॉपरेट हॉस्पिटल 2017 कंटिन्यू जॉब कर रहा है, कि मैं कनेडा का वीज़ा अप्लाई कर सकता? बिल्कुल कर सकते हो जी, ये कोई जरूरी नहीं है भी जो थोड़ी फाइल लगी हो किसी कंट्री का, तुम दूजे कंट्री का वीज़ा अप्लाई नहीं कर सकते, तुम जोड़ा है जी आपका वीज़ा वो अप्लाई कर सकते हो। कुलतार सिंह अरोड़ा लिखते हैं सर तुम किस ऑफिस मिल सकते हो? साढ़े देखो 5 ऑफिस ने जी, मोहाली, बरनला, मुकसर, जलंधर तो अमृतसर, तुम सू 5 ऑफिस मिल सकते हो। मैं सोमवार तो वीरवार तक मोहाली हूँ, शुक्रवार को मॉर्निंग टाइम बरनले, ईवनिंग टाइम मुकसर, शनिवार को मॉर्निंग टाइम जलंधर, तो मॉर्निंग टाइम अमृतसर, शनिवार को तो ईवनिंग टाइम जलंधर, सो तुम अकॉर्डिंग टू माई टाइम टेबल मैं कित भी मिल सकते हो। अगला कमेंट है जी अमन अबलोदा, लिखते हैं हैलो सर मैं मैरिड हाँ, मैं एंड एक डॉटर है मेरे को 3 साल की, एंड मेरे वाइफ जॉब करते हैं, एंड मैं भी मेरी सैलरी इनसेंटिव मिला के 20,000 तक आ जाती है, मेरे 2 रूम PG दिते हुए ने जिसका रेंट 12,000 रुपये आ जाता है, हूँ मैं सैकेंड ITR भरनी है, उस तो बाद अगर मैं कला कनेडा टूरिस्ट वीज़ा अप्लाई कर सकता तो थोड़े हिसाब न मेरी फाइल किन्नी स्ट्रोंोंग हैगी है? अमन जी देखो जी थोड़ी फाइल है जी वो थोड़े प्रोफाइल से डिपेंड करती है, जो तुम सारिया इनकम गला के 6 लाख रुपये तक ITR कर लें हो तो थोड़े वीज़ा के चांसिस जोड़े है वो है, सो तुम आपकी प्रोफाइल सही करो तो आपका वीज़ा अप्लाई कर लो। अगला कमेंट है जी सूरज समंग का, लिखते हैं सर दसंबर 2017 फाइल आई से कनेडा वीज़ा लई, 6 जनवरी बायोमैट्रिक रिजल्ट नहीं आया, वेट करो जी हाले तो टाइम लग रहा है, दो ही तरीके ने, या विड्रा कर लो या फिर वेट कर लो जी। युवराज सिंह लिखते हैं मैं 23 अप्रैल अप्लाई किया विजिटर वीज़ा, 28 अप्रैल बायोमैट्रिक हुई सी, कद तक रिजल्ट आएगा? अप्रैल की अप्लाई हुई है जी, हाले अगस्त के जाके थोड़ा रिजल्ट आने की जी उम्मीद हैगी है। अगला कमेंट है जी जस अकादमी का, लिखते हैं सत श्री अकाल वीर जी, सानू एज ए रागी जथा स्पोंसर आई है कनेडा तो, ITR स्टेट रिपोर्ट इज़ कंपलसरी, प्लीज़ टेल मी। देखो रागियां नू किसी तरह की कोई ITR की जरूरत नहीं होंगी, जस्ट थोनू जिहड़े हैगे ने एक्सपीरियंस सर्टिफिकेट जिथे तुसीं आपकी सेवा की हैगी है ना, जिस जिहड़े गुरुद्वारा साहब तुसीं कीर्तन करते रहे हो, या उन्हां दीआं समागम दीआं फोटोज़ जिथे तुसीं आपकी हाजिरी लाई हैगी है, सो एक्सपीरियंस बेस पर तुहानूं इह वीज़ा मिलता है। सो दोस्तों ये सीगे तुहाडे कमेंट, तुहाडे सवाल ते मेरे जवाब, उम्मीद करदा तुहानूं वधिया लगे होणगे। इस तरह के होर वीडियो देखने लई तुसीं मेरा चैनल सबसक्राइब कर सकते हो, बैल दा बटन दबाओ ता कि आने वाली हरेक वीडियो सब तो पहले तुहानूं मिल सके। मैनूं मिलण वास्ते तुसीं साडे किसी भी ऑफिस दे विच विजिट कर सकते हो, तुसीं मोहाली, बरनला, मुकसर, जलंधर, अमृतसर किते भी मिल सकते हो। जिहड़े लोग दूर बैठे ने ऑनलाइन साडी सर्विस लैना चाहते ने, तुसीं सानूं स्क्रीन दे दित्ते नंबर ते कॉल कर सकते हो। बहुत धन्यवाद, वाहिगुरू जी का खालसा, वाहिगुरू जी की फतह।